विधानसभा चोणां नूं लै के न्यूज 18 पंजाब हरियाणा हिमाचल की खास मुहिम ईएसएस ग्लोबल वोटर बोलदा है लगातार जारी है। इस मुहिम के तहत न्यूज 18 की टीम सूबे के वक्ो वक्रे इलाकों च पहुंच रही है ते लोकां दे मुद्दे चुके जा रहे ने। तुसीं भी इस मुहिम च शामिल हो सकदे हो। इस दे लई तुसीं फोन नंबर 8882471471 इस नंबर ते मिस कॉल दिओ। ਜਿਹੜੇ ਸਾਡਾ ਫਲਾਈਓਵਰ ਦੇਖ ਰਹੇ ਹੋ ਤੁਸੀਂ ਸਾਹਮਣੇ, ਇਹਦੇ ਤੋਂ ਬਰਸਾਤਾਂ ਦਾ ਆਉਂਦਾ ਤੇ ਪਾਣੀ ਸਾਰਾ ਘਰਾਂ ਦੇ ਵਿੱਚ ਜਾਂਦਾ। ਕਈ ਵਾਰ ਪ੍ਰਸ਼ਾਸਨ ਨੂੰ ਅੱਗੇ ਬੇਨਤੀ ਕਰ ਚੁੱਕੇ ਹਾਂ ਪਰ ਹਜੇ ਤੱਕ ਕੋਈ ਹੱਲ ਨਹੀਂ ਹੋਇਆ। ਦੂਸਰਾ ਮੁੱਦਾ ਇੱਕ ਹੋਰ ਹੈ ਕਿ ਸਰਨੇ ਤੋਂ ਲੈ ਕੇ ਦਾਰਸਲਾਮ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਹੈ ਲਾਸਟ ਦੇ ਵਿੱਚ। 5 ਸਾਲ ਪਹਿਲਾਂ ਵੀ ਅਸੀਂ ਇਹੀ ਗੱਲ ਕਰਦੇ ਰਹੇ ਹਾਂ ਔਰ ਮੁੱਦਿਆਂ ਨੂੰ ਕਿ ਸੜਕ ਬਣਾ ਦਿਓ, ਬੱਚਿਆਂ ਨੂੰ ਜਾਣ 'ਚ ਬੜੀ ਦਿੱਕਤ ਹੁੰਦੀ ਹੈ ਬਰਸਾਤਾਂ ਦੇ ਵਿੱਚ, ਉੱਥੇ ਗੋਡੇ ਗੋਡੇ ਗਾਰਾ ਹੋ ਜਾਂਦਾ। ਬੱਚੇ ਪੜ੍ਹਨਗੇ ਕਿੱਦਾਂ ਤੇ ਉਹ ਕਰਨਗੇ ਕਿੱਦਾਂ, ਕਿਸ ਚੀਜ਼ ਨੂੰ ਲੈ ਕੇ ਚੱਲਣਗੇ। 2017 ਦੇ ਵਿੱਚ ਕਾਂਗਰਸ ਪਾਰਟੀ ਵਿਧਾਨ ਸਭਾ ਦੇ ਇਲੈਕਸ਼ਨ ਹੋਏ ਸੀ ਤੇ ਉਸ ਤੋਂ ਪਹਿਲਾਂ ਇਹਨਾਂ ਨੇ ਐਲਾਨ ਕੀਤੇ ਸੀ ਕਿ ਤੁਸੀਂ ਸਾਨੂੰ ਵੋਟਾਂ ਪਾਓ, ਅਸੀਂ ਘਰ ਘਰ ਨੌਕਰੀ ਦੇਵਾਂਗੇ। ਤੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਗੁਟਕਾ ਸਾਹਿਬ ਦੀ ਸਹੁੰ ਵੀ ਖਾਧੀ ਸੀ ਕਿ ਤੁਸੀਂ ਮੈਨੂੰ ਵੋਟ ਪਾਓ, 4 ਹਫ਼ਤਿਆਂ ਦੇ ਵਿੱਚ ਮੈਂ ਨਸ਼ਿਆਂ ਦਾ ਲੱਕ ਤੋੜ ਦੇਵਾਂਗਾ। ਸਾਡੇ ਇੱਥੇ ਮਕੀਨਪੁਰ ਲੱਗੇ ਆ ਕ੍ਰੈਸਰ ਪੈਂਦੇ 2, ਉੱਥੇ ਸਾਡੇ ਪਠਾਨਕੋਟ ਦਾ ਸਾਰਾ ਕੂੜਾ ਉੱਥੇ ਸੁੱਟਦੇ ਆ ਤੇ ਉੱਥੇ ਕ੍ਰੈਸਰ ਵਾਲੇ ਕੀ ਕਰਦੇ ਆ, ਕੂੜਾ ਚੁੱਕ ਕੇ ਸਾਈਡ ਤੇ ਥੱਲੋਂ ਪੁੱਟਦੇ, ਦੜਾ ਜਿਹਦੀ ਰੇਤਾ ਬਜਰੀ ਨਿਕਲਦੀ ਆ ਉਹ ਚੁੱਕ ਕੇ ਥੱਲੋਂ ਨਿਕਲਦਾ ਪਾਣੀ, ਤੇ ਬਾਅਦ ਚੋਂ ਕੀ ਕਰਦੇ ਕ੍ਰੈਸਰ ਵਾਲੇ ਕੂੜਾ ਵਿੱਚ ਸੁੱਟ ਦਿੰਦੇ ਪਾਣੀ ਦੇ, ਤੇ ਜਿੰਨਾ ਵੀ ਕੂੜਾ ਉਹਦੇ ਕਈ ਤਰ੍ਹਾਂ ਦਾ ਐਸਿਡ ਆ ਤੇ ਉਹ ਪਾਣੀ ਦੇ ਮਿਕਸ ਹੋ ਜਾਂਦਾ, ਉਹਦੇ ਨਾਲ ਸਾਡੇ ਜਿਹੜੇ ਲੋਕਲ ਪਿੰਡਾਂ ਵਿੱਚ ਨਾ ਪਾਣੀ ਹੋ ਗਿਆ ਖਰਾਬ। ਜਦੋਂ 5 ਸਾਲ ਪਹਿਲੇ ਸਾਡੇ MLA ਦੀ ਗੱਲ ਕਰ ਲਓ ਜੋਗਿੰਦਰਪਾਲ ਜੀ, ਜਦੋਂ ਇਹਨਾਂ ਨੂੰ ਵਿਧਾਇਕ ਬਣਾਉਣ ਦੀ ਜਦੋਂ ਪਰਮਿਸ਼ਨ ਮਿਲੀ ਸੀ ਤੇ ਇਹਨਾਂ ਨੇ ਇੱਕੋ ਐਲਾਨ ਕੀਤਾ ਸੀ ਕਿ ਮੈਂ ਆਪਣੇ ਹਲਕੇ ਭੋਏ ਦੇ ਵਿੱਚ ਇੱਕ ਸ਼ੂਗਰ ਮਿਲ ਲਗਾਵਾਂਗਾ ਔਰ ਬਹੁਤ ਹੀ ਸਾਡੇ ਬੇਰੋਜ਼ਗਾਰ ਭਰਾਵਾਂ ਨੂੰ ਰੁਜ਼ਗਾਰ ਮਿਲੇਗਾ। ਲੇਕਿਨ ਉਹ ਅਸੀਂ ਇਹ ਪੁੱਛਣਾ ਚਾਹੁੰਦੇ ਕਿ ਪਹਿਲੇ ਉਹ ਰੁਜ਼ਗਾਰ ਦਾ ਉਹ ਸਾਡਾ ਜਿਹੜਾ ਮੁੱਦਾ ਸੀ ਉਹ ਕਿੱਥੇ ਗਿਆ, ਉਹ ਸਾਡੀ ਸ਼ੂਗਰ ਮਿਲ ਕਿੱਥੇ ਗਈ। ਮੈਂ ਆਪਣੇ ਭੋਏ ਹਲਕੇ ਦੀ ਗੱਲ ਕਰਦਾ, ਸਾਡੇ MLA ਸਾਹਿਬ ਬੋਲਦੇ ਨੇ ਮੇਰਾ ਹਲਕਾ ਮੇਰਾ ਪਰਿਵਾਰ, ਤੇ ਮੈਂ ਜੋ ਆਪਣੇ ਹਲਕੇ ਦੇ ਅੰਦਰ ਜਾਂ TV ਦੇ ਅੰਦਰ ਜਾਂ ਕੁਛ ਦੇਖਦਾ ਤੇ ਜਿੰਨੇ ਲੋਕਾਂ ਦੇ ਘਰਾਂ ਦੇ ਕੱਚੇ ਮਕਾਨ ਨੇ, ਬਾਲੇ ਟੁੱਟੇ ਹੋਏ ਨੇ, ਤਰਪਾਲਾ ਪਾ ਕੇ ਲੋਕ ਰਹਿ ਰਹੇ ਨੇ, ਠੀਕ ਹੈ ਜੀ, ਉਹ ਬੋਲਦੇ ਨੇ ਮੇਰਾ ਹਲਕਾ ਮੇਰਾ ਪਰਿਵਾਰ, ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦਾ ਪਰਿਵਾਰ ਹੈਗਾ। ਜੇ ਕੋਈ ਆਪਣਾ ਪਰਿਵਾਰ ਹੋਵੇ ਨਾ ਤੇ ਆਪਣੇ ਪਰਿਵਾਰ ਵਾਸਤੇ ਕੁਝ ਕੀਤਾ ਜਾਂਦਾ। ਪਹਿਲੇ ਵੀ ਕੈਪਟਨ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਨਾ ਲੋਕਾਂ ਨਾਲ, ਨਸ਼ਾ ਮੁਕਤ ਜਾਂ ਬੇਰੁਜ਼ਗਾਰੀ, ਉਹ ਕੋਈ ਮਸਲਾ ਨਹੀਂ ਹੱਲ ਹੋਇਆ ਜੀ। ਨਾ ਬੇਰੁਜ਼ਗਾਰੀ ਵੀ ਸਾਨੂੰ ਵੱਧ ਬੇਰੁਜ਼ਗਾਰੀ ਪੰਜਾਬ 'ਚ, ਇਹ ਜ਼ਿਲ੍ਹਾ ਪਠਾਨਕੋਟ ਇੱਦਾਂ ਦਾ ਹੈ ਪੂਰੇ ਪੰਜਾਬ 'ਚ ਜਿੱਥੇ ਸਾਰਿਆਂ ਨਾਲੋਂ ਵੱਧ ਬੇਰੁਜ਼ਗਾਰੀ ਹੈ, ਕੋਈ ਇੰਡਸਟਰੀ ਨਹੀਂ ਹੈ। ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਨੌਕਰੀਆਂ ਦੇ, ਉਹ ਵੀ ਨਹੀਂ ਮਿਲੀਆਂ ਲੋਕਾਂ ਨੂੰ। ਤੇ ਹੁਣ ਤੁਹਾਨੂੰ ਮਿਲਵਾਉਂਦੇ ਹਾਂ ਅੱਜ ਦੇ ਵਿਜੇਤਾ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਜੰਟ ਸਿੰਘ, ਸਨਵ ਬਲਦੇਵ ਸਿੰਘ, ਪਿੰਡ 5 ਗ੍ਰਾਈ ਖੁਰਦ। ਸਾਡੇ ਪਿੰਡ ਦੇ ਵਿੱਚ ਬਹੁਤ ਮੁਸ਼ਕਲਾਂ ਹਨ, ਬਹੁਤ ਕੰਮ ਕਰਨ ਵਾਲੇ ਨੇ। ਸਭ ਤੋਂ ਪਹਿਲੇ ਨੰਬਰ 'ਤੇ ਸਾਡੇ ਸਰਕਾਰੀ ਹਾਈ ਸਕੂਲ ਦੀ ਇਮਾਰਤ ਹੈ, ਇਮਾਰਤ ਨੂੰ ਅਨਸੇਫ ਹੋਇਆ ਬਹੁਤ ਟਾਈਮ ਹੋ ਗਿਆ, ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ। ਬਿਲਡਿੰਗ ਡਿੱਗਣ ਵਾਲੀ ਆ, ਉਹ ਕਿਸੇ ਟਾਈਮ ਵੀ ਡਿੱਗ ਸਕਦੀ ਹੈ, ਬੱਚਿਆਂ ਨੂੰ ਉੱਥੇ ਬਹੁਤ ਖਤਰਾ। ਨੰਬਰ 2 'ਤੇ ਸਾਡੇ ਪਿੰਡ ਦੇ ਜੋ ਛੱਪੜ ਆ ਉਹਨਾਂ ਦੀ ਸਫਾਈ ਦਾ ਬਹੁਤ ਬੁਰਾ ਹਾਲ ਆ, ਪਿੰਡ ਦੀ ਸਫਾਈ ਦਾ ਬਹੁਤ ਬੁਰਾ ਹਾਲ ਹੈ।